ओम शांति आज है 9 5 2022 दी साकार बापदादा जी दी मुरली आज बापदादा जी ने कहा मीठे बच्चे जिस बाप ਨੂੰ ਤੁਸੀਂ ਅੱਧਾ ਕਲਪ ਯਾਦ ਕੀਤਾ ਹੁਣ ਉਸ ਦਾ ਫਰਮਾਨ ਮਿਲਦਾ ਸੰ ਤਾਂ ਉਸ ਨੂੰ ਪਾਲਨ ਕਰੋ ਐਸ ਲਈ ਤੁਹਾਡੀ ਚੜ੍ਹਦੀ ਕਲਾ ਹੋ ਜਾਵੇਗੀ ਪ੍ਰਸ਼ਨ ਹੈਗਾ ਤੁਸੀਂ ਬੱਚਿਆਂ ਨੂੰ ਆਪਣੀ ਨੇਚਰ ਕਿਓਰ ਆਪੇ ਹੀ ਕਰਨੀ ਸੰ ਕਿਵੇਂ ਉੱਤਰ ਹੈਗਾ ਇੱਕ ਬਾਪ ਜੀ ਦੀ ਯਾਦ ਵਿੱਚ ਰਹਿਣਾ ਅਤੇ ਯਗ ਦੀ ਪਿਆਰ ਨਾਲ ਸੇਵਾ ਕਰਨ ਨਾਲ ਨੇਚਰ ਕਿਓਰ ਹੋ ਜਾਂਦੀ ਏ ਕਿਉਂਕਿ ਯਾਦ ਨਾਲ ਹੀ ਆਤਮਾ ਨਿਰੋਗੀ ਬਣਦੀ ਸੰ ਅਤੇ ਸੇਵਾ ਵਿੱਚ અપਾਰ ਖੁਸ਼ੀ ਰਹਿੰਦੀ ਸੰ ਤਾਂ ਜਿਹੜੇ ਯਾਦ ਅਤੇ ਸੇਵਾ ਵਿੱਚ ਵਿਜੀ ਰਹਿੰਦੇ ਸੰ ਉਨਾਂ ਦੀ ਨੇਚਰ ਕਿਉਰ ਆਪੇ ਹੀ ਹੋ ਜਾਂਦੀ ਸਨ ਗੀਤ ਹੈਗਾ ਤੁੰਨੇ ਰਾਤ ਗਵਾਈ ਸੋਏ ਕੇ ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ ਮਾਲਾਾਂ ਫੇਰਦੇ ਫੇਰਦੇ ਯੁੱਗ ਬੀਤ ਗਿਆ ਕਿੰਨੇ ਯੁੱਗ ਬੀਤੇ ਦੋ ਯੁੱਗ ਬੀਤੇ ਸਤਿਯੁਗ ਤ੍ਰੇਤਾ ਵਿੱਚ ਤਾਂ ਕੋਈ ਵੀ ਮਾਲਾ ਨਹੀਂ ਫੇਰਦੇ ਕੋਈ ਦੀ ਵੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਕੀ ਅਸੀਂ ਊਂਚ ਜਾਂਦੇ ਹਾਂ ਫਿਰ ਨੀਚੇ ਵੀ ਗਿਰਨੇ ਆ ਸਾਡੀ ਹੁਣ ਚੜ੍ਹਦੀ ਕਲਾ ਹੁੰਦੀ ਏ ਸਾਡੀ ਅਰਥਾਤ ਭਾਰਤ ਦੀ ਜਿੰਨੀ ਭਾਰਤ ਵਾਸੀਆਂ ਦੀ ਚੜ੍ਹਦੀ ਕਲਾ ਅਤੇ ਉਤਰਤੀ ਕਲਾ ਹੁੰਦੀ ਹਨ ਉਨਾਂ ਹੋਰ ਕੋਈ ਦੀ ਵੀ ਨਹੀਂ ਹੁੰਦੀ ਭਾਰਤ ਹੀ ਸ਼੍ਰੇਸ਼ਟਾਚਾਰੀ ਸਣ ਹੁਣ ਭਾਰਤ ਹੀ ਭ੍ਰਸ਼ਟਾਚਾਰੀ ਬਣਦਾ ਹਨ ਭਾਰਤ ਹੀ ਨਿਰਵਿਕਾਰੀ ਸੀ ਭਾਰਤ ਹੀ ਵਿਕਾਰੀ ਬਣਦੇ ਸਨ ਔਰ ਖੰਡਾ ਅਤੇ ਧਰਮਾਂ ਦਾ ਇਹਨਾਂ ਦਾ ਕੋਈ ਤਾਲੁਕ ਨਹੀਂ ਸਨ। ਉੱਥੇ ਕੋਈ ਹੈਵਨ ਵਿੱਚ ਨਹੀਂ ਜਾਂਦੇ ਹਨ। ਭਾਰਤ ਵਾਸੀਆਂ ਦੇ ਹੀ ਚਿੱਤਰ ਸਨ। ਬਰੋਬਰ ਰਾਜ ਕਰਦੇ ਸਨ। ਤਾਂ ਬਾਪ ਸਮਝਾਂਦੇ ਸਨ ਤੁਹਾਡੀ ਹੁਣ ਚੜ੍ਹਦੀ ਕਲਾ ਹੁੰਦੀ ਏ। ਜਿਸ ਦਾ ਹੱਥ ਫੜਕਦੇ ਹਨ ਉਹ ਤੁਹਾਨੂੰ ਨਾਲ ਲੈ ਜਾਣਗੇ। ਅਸੀਂ ਭਾਰਤ ਵਾਸੀਆਂ ਦੀ ਵੀ ਚੜ੍ਹਦੀ ਕਲਾ ਸਨ। ਮੁਕਤੀ ਵਿੱਚ ਜਾ ਕੇ ਫਿਰ ਜੀਵਨ ਮੁਕਤੀ ਵਿੱਚ ਆਵਾਂਗੇ। ਅੱਧਾ ਕਲਪ ਦੇਵੀ ਦੇਵਤਾ ਤਰੰਮਦਾ ਰਾਜ ਚਲਦਾ ਸਨ 21 ਸਪੀੜੀ ਚਲਦੇ ਹਨ ਫਿਰ ਉਤਰਤੀ ਕਲਾ ਹੋ ਜਾਂਦੀ ਹਨ ਕਹਿੰਦੇ ਹਨ ਚੜਦੀ ਕਲਾ ਤੇਰੇ ਬਾਣੇ ਸਰਵ ਦਾ ਭਲਾ ਹੁਣ ਸਰਵ ਦਾ ਭਲਾ ਹੁੰਦਾ ਹਨ ਹੁੰਦਾ ਹੀ ਨਹੀਂ ਪਰੰਤੂ ਚੜਦੀ ਕਲਾ ਅਤੇ ਉਤਰਤੀ ਕਲਾ ਵਿੱਚ ਤੁਸੀਂ ਆਂਦੇ ਹੋ ਇਸ ਸਮਾਂ ਭਾਰਤ ਜਿੰਨਾ ਕਰਜ਼ ਲੈਂਦਾ ਹੈ ਉਨਾਂ ਔਰ ਕੋਈ ਨਹੀਂ ਲੈਂਦਾ ਬੱਚੇ ਜਾਣਦੇ ਹਨ ਸਾਡਾ ਭਾਰਤ ਸੋਨੇ ਦੀ ਚਿੜੀਆ ਸੀ ਬਹੁਤ ਸ਼ਾਹੂਕਾਰ ਸੀ ਹੁਣ ਭਾਰਤ ਦੀ ਉਤਰਦੀ ਕਲਾ ਪੂਰੀ ਹੁੰਦੀ ਏ ਵਿਦਵਾਨ ਆਦੀ ਤਾਂ ਸਮਝਦੇ ਸਨ ਕਲਯੁਗ ਦੀ ਆਯੂ ਅਜຸນ 40000 ਵਰਸ਼ ਪੈਣੀ ਚਲਨੀ ਏ ਬਿਲਕੁਲ ਹੀ ਕੋਹਰੰਦੇਰੇ ਵਿੱਚ ਸਨ ਸਮਝਾਣਾ ਵੀ ਵੱਡੀ ਯੁਕਤੀ ਨਾਲ ਪੈਂਦਾ ਏ ਨਹੀਂ ਤਾਂ ਭਗਤ ਲੋਕ ਚਮਕ ਜਾਂਦੇ ਸਨ ਪਹਿਲੇ ਪਹਿਲਾਂ ਤਾਂ ਪਰਿਚੈ ਦੋ ਬਾਪਦਾ ਹੀ ਦੇਣਾ ਸਨ। ਭਗਵਾਨ ਨੂੰ ਬਾਚ ਹਨ ਕਿ ਗੀਤਾ ਸਭ ਦੀ ਮਾਈ ਬਾਪ ਸਨ। ਵਰਸਾ ਗੀਤਾ ਤੋਂ ਮਿਲਦਾ ਸਨ। ਬਾਕੀ ਸਭ ਹਨ ਉਹਨਾਂ ਦੇ ਬੱਚੇ। ਬੱਚਿਆਂ ਨੂੰ ਵਰਸਾ ਮਿਲ ਨਾ ਸਕੇ। ਤੁਸੀਂ ਬੱਚਿਆਂ ਨੂੰ ਗੀਤਾ ਤੋਂ ਵਰਸਾ ਮਿਲ ਰਿਹਾ ਸਨ। ਗੀਤਾ ਮਾਤਾ ਦਾ ਫਿਰ ਪਿਤਾ ਵੀ ਹੋਣਾ ਚਾਹੀਦਾ ਹੈ। ਬਾਈਬਲ ਆਦੀ ਕੋਈ ਵੀ ਮਾਤਾ ਨਹੀਂ ਕਹਿਣਗੇ। ਪਹਿਲਾਂ ਪਹਿਲਾਂ ਤਾਂ ਪੁੱਛਣਾ ਹੀ ਅਹਲ ਚਾਹੀਦਾ ਹੈ ਕਿ ਪਰਮ ਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਤਾਲੁਕ ਹਨ ਸਾਰਿਆਂ ਦਾ ਬਾਪ ਇੱਕ ਹਨ ਸਾਰੀ ਆਤਮਾਵਾਂ ਭਾਈ ਭਾਈ ਸਨ ਇੱਕ ਬਾਪ ਜੀ ਦੇ ਬੱਚੇ ਸਨ ਬਾਪ ਮਨੁੱਖ ਸ੍ਰਿਸ਼ਟੀ ਰਚਦੇ ਹਨ ਪ੍ਰਜਾਪਤਾ ਬ੍ਰਹਮਾ ਦੁਆਰਾ ਤਾਂ ਫੇਰ ਤੁਸੀਂ ਆਪਸ ਵਿੱਚ ਭਾਈ ਭੈਣ ਹੋ ਜਾਂਦੇ ਸਨ ਤਾਂ ਜ਼ਰੂਰ ਪਵਿੱਤਰ ਰਹਿੰਦੇ ਹੋਣਗੇ ਪਤਿਤ ਪਾਵਨ ਬਾਪ ਹੀ ਆਕੇ ਤੁਹਾਨੂੰ ਪਾਵਨ ਬਣਾਉਂਦੇ ਸਨ ਸੋ ਵੀ ਯੁਕਤੀ ਨਾਲ ਬੱਚੇ ਜਾਣਦੇ ਹਨ ਪਵਿੱਤਰ ਬਣਾਂਗੇ ਤੇ ਪਵਿੱਤਰ ਦੁਨੀਆ ਦੇ ਮਾਲਕ ਬਣਾਂਗੇ ਬਹੁਤ ਭਾਰੀ ਆਮਦਨੀ ਸਨ ਕੋਣ ਇਹੋ ਜਾਂ ਹੋਵੇਗਾ ਜੋ 21 ਜਨਮਾਂ ਦੀ ਬਾਦਸ਼ਾਹੀ ਲੈਣ ਦੇ ਲਈ ਪਵਿੱਤਰ ਨਹੀਂ ਬਣੇਗਾ ਫਿਰ ਸ਼੍ਰੀਮਤ ਵੀ ਮਿਲਦੀ ਮਿਲਣੀ ਪ ਮਿਲਦੀ ਰਹਿੰਦੀ ਹਨ ਜਿਸ ਬਾਪ ਨੂੰ ਅੱਧਾ ਕਲਪ ਯਾਦ ਕੀਤਾ ਉਸ ਦਾ ਫਰਮਾਨ ਤੁਸੀਂ ਨਹੀਂ ਮੰਨੋਗੇ ਕਿ ਉਸ ਦੇ ਫਰਮਾਨ ਤੇ ਨਹੀਂ ਚੱਲਾਂਗੇ ਤੇ ਤੁਸੀਂ ਪਾਪ ਆਤਮਾ ਬਣ ਜਾਵਾਂਗੇ ਇਹ ਦੁਨੀਆ ਹੀ ਪਾਪ ਆਤਮਾਵਾਂ ਦੀ ਏ ਰਾਮ ਰਾਜ ਪੁੰਨ ਆਤਮਾਵਾਂ ਦੀ ਦੁਨੀਆ ਸੀ ਹੁਣ 라ਵਣ ਰਾਜ ਪਾਪ ਆਤਮਾਵਾਂ ਦੀ ਦੁਨੀਆ ਬਣ ਗਈ ਏ ਹੁਣ ਤੁਸੀਂ ਬੱਚਿਆਂ ਦੀ ਚੜ੍ਹਦੀ ਕਲਾ ਹੁੰਦੀ ਏ ਤੁਸੀਂ ਵਿਸ਼ਵ ਦੇ ਮਾਲਕ ਬੰਦੇ ਹੋ ਦੇਖੋ ਕਿਵੇਂ ਗੁੱਪਤ ਬੈਠੇ ਹੋ ਬਾਪ ਨੂੰ ਯਾਦ ਕਰਦੇ ਤੁਹਾਡੋਂ ਇਹੋ ਕੰਮ ਰਹਿਣਾ ਚਾਹੀਦਾ ਹੈ। ਬਾਬਾ ਆਪਦੇ ਯਗ ਦੀ ਅਸੀਂ ਸੇਵਾ ਸਤੂਲ ਅਤੇ ਸੁਖਸ਼ਮ ਦੋਵਾਂ ਰੀਤੀ ਇਕੱਠੇ ਕਰਦੇ ਹਾਂ। ਬਾਪ ਨੇ ਫਰਮਾਨ ਦਿੱਤਾ ਹੈ, ਯਾਦ ਕਰੋ, ਯਾਦ ਨਾਲ ਹੀ ਨੇਚਰ ਕਿਉਰ ਹੋਵੇਗੀ। ਤੁਹਾਡੀ ਆਤਮਾ ਕਿਉਰ ਹੋਣ ਤੋਂ ਸ਼ਰੀਰ ਵੀ ਤੁਹਾਨੂੰ ਕਿਉਰ ਮਿਲਦਾ ਹੈ। ਤੁਸੀਂ ਹੁਣ ਰਾਜਯੋਗ ਦੀ ਪੜ੍ਹਾਈ ਕਰਦੇ ਹੋ। ਉਹ ਲੋਕ ਵੀ ਕਹਿੰਦੇ ਰਹਿੰਦੇ ਹਨ ਕੀ ਗੋਡਫਾਦਰ ਆ ਗਏ ਸਨ ਆਖਿਆ ਵੀ ਜਾਂਦਾ ਹੈ ਸੋ ਤਾਂ ਜ਼ਰੂਰ ਹੋਣਾ ਹੀ ਹੈ ਵਿਨਾਸ਼ ਦੇ ਲਈ ਵੀ ਦੇਖੋ ਕਿੰਨੇ ਬੰਮਸ ਨਿਕਲ ਪਵੇ ਨੇ ਜ਼ਰੂਰ ਬਾਪ ਹੀ ਹੈਵਨ ਦੀ ਸਥਾਪਨਾ ਕਰ ਹੈਲ ਦਾ ਵਿਨਾਸ਼ ਕਰਾਉਂਦੇ ਹੋਣਗੇ ਐ ਤਾਂ ਨਰਕ ਹਨ ਕਿੰਨੀ ਲੜਾਈ ਮਹਾਰਮਾਰੀ ਲੱਗਦੀ ਰਹਿੰਦੀ ਹਨ ਬਹੁਤ ਡਰਦੇ ਹਨ ਬੱਚਿਆਂ ਨੂੰ ਕਿਵੇਂ ਭਗਾ ਕੇ ਲੈ ਜਾਂਦੇ ਸਨ ਕਿੰਨੇ ਉਪਦਰਵ ਹੁੰਦੇ ਹਨ ਹੁਣ ਤੁਸੀਂ ਜਾਣਦੇ ਹੋ ਇਹ ਦੁਨੀਆ ਬਦਲ ਰਹੀ ਸਨ ਕਲਯੁਗ ਬਦਲ ਫਿਰ ਸਤਯੁਗ ਹੋ ਰਿਹਾ ਸਨ ਅਸੀਂ ਸਤਯੁਗ ਦੀ ਸਥਾਪਨਾ ਵਿੱਚ ਬਾਪ ਜੀ ਦੇ ਮਦਦਗਾਰ ਬਣਦੇ ਹਨ ਬ੍ਰਾਹਮਣ ਹੀ ਮਦਦਗਾਰ ਹੁੰਦੇ ਹਨ ਪ੍ਰਜਾ ਪਿਤਾ ਬ੍ਰਹਮਾ ਤੋਂ ਫਿਰ ਬ੍ਰਾਹਮਣ ਪੈਦਾ ਹੁੰਦੇ ਹਨ ਉਹ ਸਨ ਕੁਖ ਵੰਸ਼ਾਵਲੀ ਤੁਸੀਂ ਹੋ ਮੁਖ ਵੰਸ਼ਾਵਲੀ ਉਹ ਬ੍ਰਹਮਾ ਦੀ ਸੰਤਾਨ ਤੇ ਹੋ ਨਾ ਸਕਣ ਤੁਹਾਨੂੰ ਤੇ ਐਡੌਪਟ ਕੀਤਾ ਜਾਂਦਾ ਹੈ ਤੁਸੀਂ ਬ੍ਰਾਹਮਣ ਹੋ ਬ੍ਰਹਮਾ ਦੀ اولاد ਪ੍ਰਜਾਪਤਾ ਬ੍ਰਹਮਾ ਤਾਂ ਸੰਗਮਤੇ ਹੋ ਨਹੀਂ ਸਕਦਾ ਬ੍ਰਾਹਮਣ ਸੋ ਫਿਰ ਦੇਵੀ ਦੇਵਤਾ ਬਣਦੇ ਹਨ ਤੁਸੀਂ ਉਹਨਾਂ ਬ੍ਰਾਹਮਣਾਂ ਨੂੰ ਵੀ ਸਮਝ ਸਕਦੇ ਹੋ ਕਿ ਉਹ ਤੁਸੀਂ ਕੁਖਵੰਸ਼ਾਵਲੀ ਹੋ ਕਹਿੰਦੇ ਹੋ ਬ੍ਰਾਹਮਣ ਦੇਵੀ ਦੇਵਤਾਏ ਨਮਹਾ ਬ੍ਰਾਹਮਣਾਂ ਨੂੰ ਹੀ ਨਮਸਤੇ ਦੇਵਤਾਵਾਂ ਨੂੰ ਵੀ ਨਮਸਤੇ ਕਰਦੇ ਹਨ ਪਰੰਤੂ ਬ੍ਰਾਹਮਣਾਂ ਨੂੰ ਨਮਸਤੇ ਤਾਂ ਕਰਦੇ ਆ ਜਦੋਂ ਕਿ ਹੁਣ ਹੋਣ ਦੇ ਬਣਦੇ ਹਨ ਸਮਝਦੇ ਹਨ ਇਹ ਬ੍ਰਾਹਮਣ ਲੋਗ ਹਨ ਤਨ ਮਨ ਧਨ ਤੋਂ 바ਵਾ ਦੀ ਸ਼੍ਰੀਮਤ ਤੇ ਚੱਲਦੇ ਹਨ ਉਹ ਬ੍ਰਾਹਮਣ ਜਸਮਾਨੀ ਯਾਤਰਾ ਤੇ ਲੈ ਜਾਂਦੇ ਹਨ ਇਹ ਤੁਹਾਡੀ ਹੈਗੀ ਰੂਹਾਨੀ ਯਾਤਰਾ ਤੁਹਾਡੀ ਯਾਤਰਾ ਕਿੰਡੀ ਮਿੱਠੀ ਹੈਗੀ ਉਹ ਜਸਮਾਨੀ ਯਾਤਰਾਵਾਂ ਤੇ ਢੇਰ ਸਨ ਗੁਰੂ ਲੋਗ ਵੀ ਢੇਰ ਸਨ ਸਭ ਨੂੰ ਗੁਰੂ ਕਹਿ ਦਿੰਦੇ ਹਨ ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਮਿੱਠੇ ਸ਼ਿਬਾਵਾਦੀ ਮਤ ਤੇ ਚੱਲ ਉਹਨਾਂ ਤੋਂ ਵਰਸਾ ਲੈਂਦੇ ਆਂ ਬ੍ਰਹਮਾ ਦੁਆਰਾ ਵਰਸਾ ਸ਼ਿਬਾਵਾ ਤੋਂ ਲੈਂਦੇ ਹਾਂ ਤੁਸੀਂ ਇੱਥੇ ਆਂਦੇ ਹੀ ਹੋ ਤਾਂ ਫਟ ਸੇ ਪੁੱਛਦੇ ਹਨ ਕਿਸ ਦੇ ਕੋਲ ਆਏ ਹੋ ਬੁੱਧੀ ਵਿੱਚ ਹੈਗਾ ਸ਼ਿਬਾਵਾ ਦਾ ਲੋਨ ਲਿੱਤਾ ਹੋਇਆ ਰੱਥ ਹਨ ਅਸੀਂ ਉਹਨਾਂ ਦੇ ਕੋਲ ਆਂਦੇ ਆਂ ਸਗਾਈ ਬ੍ਰਾਹਮਣ ਲੋਗ ਹੀ ਕਰਾਂਦੇ ਹਨ ਪਰੰਤੂ ਕਨੈਕਸ਼ਨ ਸਜਣੀ ਸਾਜਣ ਦਾ ਆਪਸ ਵਿੱਚ ਹੁੰਦਾ ਏ ਨਾ ਕਿ ਸਗਾਈ ਕਰਾਣ ਵਾਲੇ ਬ੍ਰਾਹਮਣ ਨਾਲ ਇਸਤਰੀ ਪੁਰਸ਼ ਇਸਤਰੀ ਪਤੀ ਨੂੰ ਯਾਦ ਕਰਦੀ ਏ ਜਾਂ ਹਤਿਆਲਾ ਬੰਧਾਣ ਵਾਲੇ ਨੂੰ ਯਾਦ ਕਰਦੀ ਏ ਤੁਹਾਡਾ ਵੀ ਸਾਜਣ ਸ਼ਿਵਸਣ ਫਿਰ ਕਿਸੇ ਵੀ ਦੇਦਾਰੀ ਨੂੰ ਤੁਸੀਂ ਯਾਦ ਕਿਉਂ ਕਰਦੇ ਹੋ ਯਾਦ ਕਰਨਾ ਸਣ ਸ਼ਿਵ ਨੂੰ ਇਹ ਲੋਕਟਾ ਦੀ ਵੀ ਸ਼ਿਵ ਬਾਬਾ ਦੇ ਹੀ ਬਣਵਾਣੇ ਨੇ ਬਣਵਾਣੇ ਚਾਹੀਦੇ ਨੇ ਬਾਬਾ ਖੁਦ ਹੀ ਦਲਾਲ ਬਣ ਸਗਾਈ ਕਰਾਉਂਦੇ ਹਨ ਤਾਂ ਦਲਾਲ ਨੂੰ ਵਿੱਚੇ ਯਾਦ ਨਹੀਂ ਕਰਨਾ ਸਜਣੀਆਂ ਨੂੰ ਯੋਗ ਸਾਜਣ ਦੇ ਨਾਲ ਰੱਖਣਾ ਹੈ ਮम्मा बाबा ਆ ਕੇ ਤੁਹਾਨੂੰ ਬੁਹਾ ਦੇ ਬੱਚਿਆਂ ਦੇ ਲਈ ਹੀ ਮੁਰਲੀ ਸੁਣਾਉਂਦੇ ਸਨ ਬਾਬਾ ਆਖਦੇ ਸਨ ਬਹੁਤ ਇਹੋ ਜਿਹੇ ਬੱਚੇ ਹਨ ਜਿਨ੍ਹਾਂ ਦੀ ਬ੍ਰਿਕੁਟੀ ਵਿੱਚ ਬਹਿ ਕੇ ਮੈਂ ਬਹਿ ਮੁਰਲੀ ਚਲਾਣਾ ਹਾਂ ਕਲਿਆਣ ਕਰਨ ਦੇ ਲਈ ਕੋਈ ਨੂੰ ਸਾਖਸ਼ਾਤਕਾਰ ਕਰਾਣ ਦੇ ਲਈ ਮੁਰਲੀ ਸੁਣਾਣਾ ਕੋਈ ਦਾ ਕਲਿਆਣ ਕਰਨ ਦੇ ਲਈ ਮੈਂ ਆਨਾ ਹਾਂ ਬ੍ਰਾਹਮਣੀਆਂ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਜਾਣਦਾ ਹਾਂ ਇਸ ਲਈ ਐ ਬ੍ਰਾਹਮਣੀ ਨੂੰ ਉਠਾ ਨਹੀਂ ਸਕਣਗੀਆ ਤੇ ਮੈਂ ਆ ਕੇ ਫਿਰ ਤੀਰ ਲਗਾਣਾ ਹਾਂ ਤੁਹਾਡੇ ਕੋਲ ਤੇ ਆਪਣਾ ਸ਼ਰੀਰ ਹੈਗਾ ਤੁਸੀਂ ਆਪਣੇ ਸ਼ਰੀਰ ਨਾਲ ਬੋਲਦੇ ਹੋ ਮੈਂ ਤਾਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਕੇ ਤੁਹਾਨੂੰ ਸਾਰੀਆਂ ਗੱਲਾਂ ਸੁਣਾਣਾ ਹਾਂ ਹੁਣ ਤੁਹਾਂ ਤੁਸੀਂ ਬੱਚੇ ਸਮਝਦੇ ਹੋ ਸ਼ਾਸਤਰਾਂ ਵਿੱਚ ਕਿੰਨੀ ਦੰਤਕਥਾਵਾਂ ਲਿਖ ਦਿੱਤੀਆਂ ਹਨ ਜਿਸ ਤੇ ਵੀ ਜਿਸ ਦੇ ਨਾਲ ਉਤਰਤੀ ਕਲਾ ਹੋ ਗਈ ਸਨ ਚੜਦੀ ਕਲਾ ਸਤਿਯੁਗ ਤ੍ਰੇਤਾ ਉਤਰਤੀ ਕਲਾ ਦਵਪਰ ਕਲਯੁਗ ਹੁਣ ਫਿਰ ਚੜਦੀ ਕਲਾ ਹੋਵੇਗੀ ਬਾਪ ਬਗੈਰ ਕੋਈ ਚੜਦੀ ਕਲਾ ਬਣਾ ਨਾ ਸਕੇ ਇਹ ਸਾਰੀਆਂ ਕੱਲਾਂ ਧਾਰਨ ਕਰਨੀਆਂ ਹੁੰਦੀਆਂ ਨੇ ਤਾਂ ਕੋਈ ਵੀ ਕੰਮ ਅਧੀ ਕਰਦੇ ਯਾਦ ਵਿੱਚ ਰਹਿਣਾ ਹੈ ਜਿਵੇਂ ਸ਼੍ਰੀਨਾਥ ਦੁਆਰੇ ਵਿੱਚ ਮੂੰਹ ਤੇ ਕੱਪੜਾ ਬੰਨ੍ਹ ਕੇ ਫਿਰ ਕੰਮ ਕਰਦੇ ਸਨ ਸ਼੍ਰੀਨਾਥ ਸ਼੍ਰੀਕ੍ਰਿਸ਼ਨ ਨੂੰ ਆਖਿਆ ਜਾਂਦਾ ਹਨ ਸ਼੍ਰੀਨਾਥ ਦਾ ਭੋਜਨ ਬਣਾਉਂਦੇ ਸਨ ਸ਼ਿਵ बाबा ਤਾਂ ਭੋਜਨ ਆਦੀ ਨਹੀਂ ਖਾਂਦੇ ਤੁਸੀਂ ਪਵਿੱਤਰ ਭੋਜਨ ਬਣਾਉਂਦੇ ਸਨ ਤਾਂ ਯਾਦ ਵਿੱਚ ਰਹਿ ਕੇ ਬਣਾਉਣਾ ਚਾਹੀਦਾ ਹੈ ਉਸ ਵਿੱਚ ਬਲ ਮਿਲੇਗਾ ਕ੍ਰਿਸ਼ਨ ਲੋਕ ਵਿੱਚ ਜਾਣ ਦੇ ਲਈ ਵਰਤ ਨੇਮ ਆਦੀ ਰੱਖਦੇ ਸਨ ਹੁਣ ਤੁਸੀਂ ਜਾਣਦੇ ਹੋ ਅਸੀਂ ਕ੍ਰਿਸ਼ਨਪੁਰੀ ਵਿੱਚ ਜਾ ਰਹੇ ਸਨ ਐਸ ਲਈ ਤੁਹਾਨੂੰ ਲਾਇਕ ਬਣਾਇਆ ਜਾਂਦਾ ਸਨ ਤੁਸੀਂ ਬਾਪ ਨੂੰ ਯਾਦ ਕਰਦੇ ਹੋ ਤਾਂ ਫਿਰ ਬਾਪ ਗਰੰਟੀ ਕਰਦੇ ਹਨ ਤੁਸੀਂ ਕ੍ਰਿਸ਼ਨਪੁਰੀ ਵਿੱਚ ਜ਼ਰੂਰ ਆਓਗੇ ਕ੍ਰਿਸ਼ਨ ਛੋਟਾ ਬੱਚਾ ਸਨ ਤਾਂ ਮਹਾਤਮਾ ਸਮਾਨੇ ਬਾਲਵਸਥਾ ਸਤੋਂ ਪ੍ਰধান ਸਨ ਐਸ ਲਈ ਕ੍ਰਿਸ਼ਨ ਦਾ ਨਾਮ ਜਾਸਤੀ ਸਨ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਣਾ ਦੇ ਲਈ ਮੁੱਖ ਸਾਰ ਹੈ ਆਪਣਾ ਪੂਰਾ ਕਨੈਕਸ਼ਨ ਇਕ ਸ਼ਿਵਾਵਾਜ ਜਿਹਦੇ ਨਾਲ ਰੱਖਣਾ ਹਨ ਕਦੇ ਕਿਸੇ ਵੀ ਦੇਦਾਰੀ ਨੂੰ ਯਾਦ ਨਹੀਂ ਕਰਨਾ ਕਦੇ ਆਪਣੇ ਉਸਤਾਦ ਅਰਥਾਤ ਬਾਪ ਜੀ ਦਾ ਨਾਮ ਬਦਨਾਮ ਨਹੀਂ ਕਰਨਾ ਆਪਣੇ ਦੁਆਰਾ ਜੇ ਦੀ ਕਿਸੇ ਦਾ ਵੀ ਕਲਿਆਣ ਹੁੰਦਾ ਹਨ ਤਾਂ ਮੈਂ ਮੈਂ ਕੀਤਾ ਮੈਂ ਇਸ ਅਹੰਕਾਰ ਵਿੱਚ ਨਹੀਂ ਆਣਾ ਸਨ ਐ ਵੀ ਦੇਹ ਅਭਿਮਾਨ ਸਨ ਕਰਾਣ ਵਾਲਾ ਬਾਬਾ ਹੈ ਉਸ ਨੂੰ ਹੀ ਯਾਦ ਕਰਨਾ ਹੈ ਵਰਦਾਨ ਹੈਗਾ ਅੱਜ ਦਾ ਅੰਮ੍ਰਿਤ ਵੇਲੇ ਤਿੰਨ ਬਿੰਦੀਆਂ ਦਾ ਤਿਲਕ ਲਗਾਉਣ ਵਾਲੇ ਕਿਉਂ ਕਿਆ ਦੀ ਹਲਚਲ ਤੋਂ ਮੁਕਤ ਅਚਲ ਅਡੋਲ ਭਵ ਬਾਪਦਾਦਾ ਸਦਾ ਆਖਦੇ ਰਹਿੰਦੇ ਹਨ ਕਿ ਰੋਜ਼ ਅੰਮ੍ਰਿਤ ਵੇਲੇ ਤਿੰਨ ਬਿੰਦੀਆਂ ਦਾ ਤਿਲਕ ਲਗਾਓ ਆਪ ਜੀਵੀ ਬਿੰਦੀ ਬਾਪ ਜੀਵੀ ਬਿੰਦੀ ਔਰ ਜੋ ਹੋ ਗਿਆ ਜੋ ਹੋ ਰਿਹਾ ਹਨ ਨਥਿੰਗ ਨਿਊ ਕੋ ਫੁੱਲ ਸਟਾਪ ਵੀ ਬਿੰਦੀ ਐ ਤਿੰਨ ਬਿੰਦੀਆਂ ਦਾ ਤਿਲਕ ਲਗਾਣਾ ਅਰਥਾਤ ਸਮ੍ਰਿਤੀ ਵਿੱਚ ਰਹਿਣਾ ਫਿਰ ਸਾਰਾ ਦਿਨ ਅਚਲ ਅਡੋਲ ਰਹਾਂਗੇ ਕਿਉਂਕਿ ਆਦੀ ਹਲਚਲ ਵੀ ਸਮਾਪਤ ਹੋ ਜਾਵੇਗੀ ਜਿਸ ਸਮਾਂ ਕੋਈ ਗੱਲ ਹੁੰਦੀ ਏ ਉਸ ਸਮੇਂ ਫੁੱਲ ਸਟਾਪ ਲਗਾਓ ਨਾਥਿੰਗ ਨਿਊ ਹੋਣਾ ਸੀ ਹੋ ਗਿਆ ਸਾਖੀ ਵਣ ਵੇਖਦੇ ਹੋਇਆਂ ਅੱਗੇ ਵਧਦੇ ਜਾਓ ਸਲੋਗਨ ਹੈਗਾ ਪਰਿਵਰਤਨ ਸ਼ਕਤੀ ਨਾਲ ਵਿਅਰਥ ਸੰਕਲਪਾਂ ਦੇ ਬਹਾਵ ਦਾ ਫੋਰਸ ਸਮਾਪਤ ਕਰ ਦਿਓ ਤਾਂ ਸਮਰਥ ਬਣ ਜਾਣਗੇ ਪਰਿਵਰਤਨ ਸ਼ਕਤੀ ਦੁਆਰਾ ਵਿਅਰਥ ਸੰਕਲਪਾਂ ਦੇ ਬਹਾਵ ਦਾ ਫੋਰਸ ਸਮਾਪਤ ਕਰ ਦਿਓ ਤਾਂ ਸਮਰਥ ਬਣ ਜਾਣਗੇ ਓਮ ਸ਼ਾਂਤੀ